ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਕਿਸ ਹਿਸਾਬ ਨਾਲ ਗੱਲ ਕਰੀਏ ਕਿਉਂਕਿ ਐਜੂਕੇਸ਼ਨ ਸਿਸਟਮ ਨੂੰ ਇਤਨਾ ਸਟਰੋਂਗ ਕਰਨਾ ਖਾਸ ਤੌਰ ਤੇ 129 ਸਕੂਲ ਬਣਾਉਣੇ, ਇਸ ਤੋਂ ਇਲਾਵਾ ਡੀ ਐਡਿਕਸ਼ਨ ਸੈਂਟਰਸ ਬਣਾਉਣੇ ਸਨ ਬਾਬਾ ਇਕਬਾਲ ਸਿੰਘ ਜੀ ਵੱਲੋਂ, ਹਾਲਾਂਕਿ ਇਹ ਤਾਂ ਕੰਮ ਉਹ ਹੈ ਜਿਹੜੇ ਦਿਖਾਈ ਦੇ ਰਹੇ ਸੀ, ਪਰ ਇਸ ਤੋਂ ਇਲਾਵਾ ਵੀ ਕੰਮ ਸੀਗੇ ਜਿਹੜੇ ਪਿੱਛੇ ਚੱਲ ਰਹੇ ਹੋਣਗੇ, ਆਊਟ ਆਫ ਦਾ ਬੈਕਗਰਾਉਂਡ 'ਤੇ ਚੱਲ ਰਹੇ ਹੋਣਗੇ, ਕਿਸ ਹਿਸਾਬ ਨਾਲ ਦੇਖਦੇ ਹੋ ਜੀਵਨ ਸਫ਼ਰ ਨੂੰ? ਗੁਰੂ ਪਿਆਰੇ ਉਦਾਸ ਵਿਸ਼ੇਸ਼ ਤੌਰ 'ਤੇ ਕਹਿਣਾ ਚਾਹੁੰਦਾ ਕਿ ਬਾਬਾ ਇਕਬਾਲ ਸਿੰਘ ਜੀ ਉੱਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖਾਸ ਬਖਸ਼ਿਸ਼ ਸੀ ਜੀ। ਉਹਦਾ ਮੈਂ ਪਿਛੋਕੜ ਦੱਸਦਾ ਕਿ ਜਦੋਂ ਕਲਗੀਧਰ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਵਸਾਇਆ ਅਤੇ ਉੱਥੇ ਮਹਾਰਾਜ ਸਾਹਿਬ ਨੇ ਸਾਰਿਆਂ ਵਾਸਤੇ ਲਾਜ਼ਮੀ ਕਰਤਾ ਕਿ ਕੋਈ ਅਨਪੜ੍ਹ ਨਹੀਂ ਰਹਿਣਾ ਚਾਹੀਦਾ ਜੀ, ਸਾਰਿਆਂ ਨੂੰ ਵਿੱਦਿਆ ਪੜ੍ਹਾਈ, ਗੁਰਮੁਖੀ ਦੇ ਨਾਲ ਹੋਰ ਵੀ ਵਿੱਦਿਆ। ਔਰ ਮਹਾਰਾਜ ਸਾਹਿਬ ਨੇ 35 ਅਧਿਆਪਕ ਰੱਖੇ ਸਾਡਾ ਇਤਿਹਾਸ ਦੱਸਦਾ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਈ, ਬਾਬਾ ਇਕਬਾਲ ਸਿੰਘ ਜੀ ਨੇ ਹਜ਼ਾਰਾਂ ਸਕੂਲ ਅਤੇ ਹਜ਼ਾਰਾਂ ਹੀ ਅਧਿਆਪਕ, ਹਜ਼ਾਰਾਂ ਤੋਂ ਵੱਧ ਹੋਣਗੇ ਅਧਿਆਪਕ, ਜਿਨ੍ਹਾਂ ਨੂੰ ਵਿੱਦਿਆ ਪੜ੍ਹਾਉਣ ਵਿੱਚ ਲਾਇਆ। ਔਰ ਕੇਵਲ ਦੁਨਿਆਵੀ ਵਿੱਦਿਆ ਨਹੀਂ, ਗੁਰਮਤਿ ਦੀ ਵਿੱਦਿਆ ਵੀ, ਜਿਹੜਾ ਕਿ ਬਹੁਤ ਜ਼ਰੂਰੀ ਆ, ਬਿਲਕੁਲ, ਕਿਉਂਕਿ ਗੁਰੂ ਸਾਹਿਬ ਕਹਿੰਦੇ ਗੁਰਪ੍ਰਸਾਦੀ ਵਿੱਦਿਆ ਵਿਚਾਰ ਹੈ, ਪੜ੍ਹ ਪੜ੍ਹ ਪਾਵੇ ਮਾਣ। ਹਾਂਜੀ, ਫਿਰ ਮਹਾਰਾਜ ਦਾ ਬਚਨ ਆਪਾਂ ਆਮ ਪੜ੍ਹਦੇ ਹਾਂ, ਵਿੱਦਿਆ ਵਿਚਾਰੀ ਤਾਂ ਪਰਉਪਕਾਰ, ਪਰਉਪਕਾਰ ਵਾਸਤੇ ਦੇਖੋ ਮੇਰਾ ਮਹਾਂਪੁਰਖਾਂ ਦੇ ਨਾਲ 2015 ਵਿੱਚ ਮੇਲ ਹੋਇਆ, ਜਿਉਂ ਮੇਲ ਹੋਇਆ ਔਰ ਉਹਨਾਂ ਨੇ ਇੰਨਾ ਪਿਆਰ ਬਖਸ਼ਿਆ, ਇੱਥੋਂ ਦੇ ਦਿੱਲੀ ਵਾਲੇ ਸਰਦਾਰ ਰਜਿੰਦਰ ਸਿੰਘ ਜੀ ਅਤੇ ਇੱਥੇ ਇੱਕ ਭਾਈ ਜਸਵੀਰ ਸਿੰਘ ਜੀ ਆ, ਉਹ ਕਥਾ ਵੀ ਕਰਦੇ ਆ, ਇਹਨਾਂ ਗੁਰਮੁਖ ਪਿਆਰਿਆਂ ਨੇ ਦਾਸ ਦਾ ਹੋਰ ਨੇੜ ਵਧਾ ਦਿੱਤਾ ਮਹਾਂਪੁਰਖਾਂ ਦੇ ਨਾਲ, ਔਰ ਇੰਨਾ ਪਿਆਰ ਇੰਨਾ ਨੇੜ ਬਣ ਗਿਆ ਕਿ ਸਾਨੂੰ ਲੱਗਣ ਲੱਗ ਪਿਆ ਵੀ ਸਾਡੇ ਇਹ ਪਿਤਾ ਜੀ ਨੇ, ਚਾਹੇ ਕਿ ਅਸੀਂ ਉੱਧਰ ਆਸਟ੍ਰੇਲੀਆ ਵਿੱਚ ਰਹਿਣ ਕਰਕੇ ਜਾਂ ਇੱਦਾਂ ਸੰਗਤਾਂ ਵਿੱਚ ਵਿਚਰਨ ਕਰਕੇ ਬਹੁਤਾ ਜ਼ਿਆਦਾ ਫਿਜ਼ੀਕਲ ਨਹੀਂ ਸੀ ਮਿਲਦੇ, ਲੇਕਿਨ ਉਹ ਉਹਨਾਂ ਦਾ ਇੱਕ ਅਕਸ਼ ਸਾਡੇ ਦਿਮਾਗ 'ਚ ਐਵਰੀ ਟਾਈਮ ਬਣਿਆ ਰਹਿੰਦਾ ਸੀ, ਸਿੰਘਾਂ ਨਾਲ ਸੰਪਰਕ ਹੋਇਆ ਰਹਿੰਦਾ ਸੀ। ਔਰ ਸਪੈਸ਼ਲੀ ਇੱਕ ਵਾਰੀ ਭਾਈ ਜਸਵੀਰ ਸਿੰਘ ਹੋਣਾ ਨੇ ਪ੍ਰੋਗਰਾਮ ਬਣਾਇਆ ਅਤੇ ਅਸੀਂ ਬੜੂ ਸਾਹਿਬ ਗਏ, ਬਹੁਤ ਧੁੰਦ ਵਗੈਰਾ ਸੀ ਵਿਚਰੇ ਉੱਥੇ, ਹਾਂ ਬੜੂ ਸਾਹਿਬ ਗਏ, ਉੱਥੇ ਕੀਰਤਨ ਕੀਤਾ ਬੱਚਿਆਂ ਦੇ ਨਾਲ ਰਲ ਕੇ, ਅਧਿਆਪਕਾਂ ਦੇ ਨਾਲ ਗੱਲਬਾਤ ਕੀਤੀ, ਵਧੀਆ ਕੇ ਅਧਿਆਰੇ ਦੇਖੇ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਮੇਰਾ ਖਿਆਲ ਆ ਘੰਟੇ ਤੋਂ ਵੱਧ ਮਹਾਂਪੁਰਖਾਂ ਨੇ ਕੋਲ ਬਿਠਾਈ ਰੱਖਿਆ ਸਾਨੂੰ, ਅਤੇ ਬੜੀਆਂ ਬਹੁਤ ਚੜ੍ਹਦੀ ਕਲਾ ਵਾਲੀਆਂ ਪਿਆਰ ਭਰੀਆਂ ਡੂੰਘੀਆਂ ਨਾਮ ਦੀਆਂ ਰਮਜਾਂ ਦੀਆਂ ਗੱਲਾਂ ਕੀਤੀਆਂ, ਔਰ ਉਹ ਮਤਲਬ ਅੱਜ ਵੀ ਸਾਨੂੰ ਉਹ ਯਾਦ ਹੈ। ਹਾਲਾਂਕਿ ਇੰਨੇ ਵੱਡੇ ਪ੍ਰੋਜੈਕਟ ਚੱਲ ਰਹੇ ਸੀ, ਕਿਤੇ ਨਾ ਕਿਤੇ ਬੰਦਾ ਹੁੰਦਾ ਇੱਕ ਡਿਸਟਰਬ ਹੁੰਦਾ ਹੈ ਕਿ ਥੋੜ੍ਹਾ ਜਿਹਾ ਟੈਨਸ਼ਨ ਇਹਦੀ ਮਾਈਂਡਲੀ ਪ੍ਰੈਸ਼ਰ ਰਹਿੰਦਾ, ਲੇਕਿਨ ਉਸ ਤਰ੍ਹਾਂ ਦਾ ਕੁਝ ਦੇਖਣ ਨੂੰ ਨਹੀਂ ਮਿਲਿਆ। ਔਰ ਉਹ ਉਹਨਾਂ ਦੀ ਅਵਸਥਾ ਭਾਈ ਸਾਹਿਬ, ਮੈਂ ਜੋ ਮੈਨੂੰ ਲੱਗਿਆ ਉਹਨਾਂ ਦੀ ਅਵਸਥਾ ਸੀ ਕਿ ਮੁੱਖ ਕੀ ਬਾਤ ਸਗਲ ਸਿਉਂ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ। ਗੱਲਾਂ ਉਹ ਸਾਡੇ ਨਾਲ ਕਰਦੇ ਨੇ, ਵਿੱਦਿਅਕ ਅਧਾਰਾਂ ਦਾ ਪ੍ਰਬੰਧ ਚਲਾਉਂਦੇ ਨੇ, ਪਰ ਅੰਦਰੋਂ ਤਾਰ ਉਹਨਾਂ ਦੀ ਪਰਮੇਸ਼ਰ ਨਾਲ ਜੁੜੀ ਹੋਈ ਸੀ। ਮਤਲਬ ਇਹ ਇਹਤੋਂ ਵੱਧ ਅਸੀਂ ਕੁਛ ਨਹੀਂ ਕਹਿ ਸਕਦੇ, ਕਿਉਂਕਿ ਉਹਨਾਂ ਦੀ ਵਡਿਆਈ ਜਿਹੜੀ ਹੈ ਨਾ, ਮਹਾਰਾਜ ਸੱਚੇ ਪਾਤਸ਼ਾਹ ਇਹ ਗੱਲ ਕਹਿੰਦੇ ਨੇ ਤਾਂ ਕਿ ਇਹ ਗੱਲਾਂ ਕਥੀਆਂ ਦਾ ਜਾਏ, ਜਿਹੜੇ ਨਾਮ 'ਚ ਜੁੜੇ ਹੁੰਦੇ ਨੇ ਉਹਨਾਂ ਦੀ ਗੱਲ ਕਹੀ ਨਹੀਂ ਜਾ ਸਕਦੀ। ਇਹ ਵੀ ਜਾ ਕਿਉਂਕਿ ਸਰਕਾਰ ਵੱਲੋਂ ਪਿਛਲੇ ਹਾਲ ਹੀ ਦੇ ਵਿੱਚ ਉਹਨਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ, ਕਿਸ ਹਿਸਾਬ ਨਾਲ ਦੇਖ? ਦੇਖੋ ਇਹ ਦੁਨਿਆਵੀ ਤੌਰ 'ਤੇ ਬੜੇ ਬੜੇ ਵੱਡੇ ਇਨਾਮ ਨੇ ਜੀ, ਬਿਲਕੁਲ, ਪਰ ਦਾਸ ਦੀ ਨਿਗਾਹ ਵਿੱਚ ਜੋ ਕਲਗੀਧਰ ਜੀ ਨੇ ਨਵਾਜਿਆ ਨਾ, ਉਹ ਤੋਂ ਵੱਡਾ ਨਾਮ ਕੋਈ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਗੋਦ ਹੀ ਦੇ ਦਿੱਤੀ ਜੀ, ਹੈ, ਔਰ ਕਿੰਨੀ ਵੱਡੀ ਗੱਲ ਆ। ਸਤਿਗੁਰਾਂ ਨੇ ਕਿਹਾ ਸੀ ਚਾਰ ਮੂਹੇ ਤੋਂ ਕਿਹਾ ਹੋਇਆ ਜੀਵਤ ਕਈ ਹਜ਼ਾਰ, ਔਰ ਉਹਨਾਂ ਕਈ ਹਜ਼ਾਰਾਂ ਨੂੰ ਜਿਹੜੇ ਜੀਵਤ ਨੇ ਕਲਗੀਧਰ ਦੇ ਪੁੱਤਰ ਧੀਆਂ, ਉਹਨਾਂ ਨੂੰ ਐਜੂਕੇਟ ਕਰਨ ਵਾਸਤੇ ਬਾਬਾ ਇਕਬਾਲ ਸਿੰਘ ਦੀ ਜ਼ਿੰਮੇਵਾਰੀ ਲਾਈ, ਕਿੱਡੀ ਵੱਡੀ ਗੱਲ ਹੈ। ਸੋ ਮੈਂ ਸਾਰੀਆਂ ਸੰਗਤਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਇਹੋ ਜਿਹੇ ਮਹਾਂਪੁਰਖ ਜਿਹੜੇ ਨੇ, ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਅਸੀਂ ਬੇਨਤੀ ਵੀ ਕਰਦੇ ਮਹਾਰਾਜ ਨੂੰ ਭਈ ਹੁਣ ਜਿਹੜੇ ਭਾਈ ਦਵਿੰਦਰਪਾਲ ਸਿੰਘ ਜੀ ਇਸ ਜ਼ਿੰਮੇਵਾਰੀ ਨਿਭਾਉਣ ਵਾਸਤੇ ਸੰਗਤਾਂ ਨੇ ਉਹਨਾਂ ਨੂੰ ਅੱਗੇ ਲਿਆਂਦਾ, ਗੁਰੂ ਸਾਹਿਬ ਉਹਨਾਂ ਵਿੱਚ ਵੀ ਵਰਤਣ, ਅਤੇ ਜਿੱਦਾਂ ਪਹਿਲੇ ਮਹਾਂਪੁਰਖਾਂ ਨੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਸੰਤ ਬਾਬਾ ਤੇਜਾ ਸਿੰਘ ਜੀ, ਸੰਤ ਬਾਬਾ ਇਕਬਾਲ ਸਿੰਘ ਜੀ ਨੇ ਸੇਵਾਵਾਂ ਨਿਭਾਈਆਂ ਨੇ, ਭਾਈ ਦਵਿੰਦਰਪਾਲ ਸਿੰਘ ਜੀ ਦੇ ਸਿਰ 'ਤੇ ਪ੍ਰਿੰਸੀਪਲ ਸਾਹਿਬ ਨੇ, ਉਹ ਉਹਨਾਂ ਦੇ ਸਿਰ 'ਤੇ ਵੀ ਮਹਾਰਾਜ ਮਿਹਰ ਭਰਿਆ ਹੱਥ ਰੱਖਣ, ਅਤੇ ਅੱਗੇ ਨਾਲੋਂ ਚੜ੍ਹਦੀ ਕਲਾ ਨਾਲ ਉਹ ਸੇਵਾ ਕਰਨ, ਅਤੇ ਅਸੀਂ ਜਿੰਨੀ ਸੇਵਾ ਕਰ ਸਕਦੇ ਹਾਂ ਜਥਾ ਸ਼ਕਤ ਅਸੀਂ ਹਾਜ਼ਰ ਹਾਂ। ਮੈਂ ਸਾਰੀਆਂ ਸੰਗਤਾਂ ਨੂੰ ਵੀ ਬੇਨਤੀ ਕਰਾਂਗਾ ਕਿ ਸਾਰੀਆਂ ਸੰਗਤਾਂ ਪਹਿਲੇ ਨਾਲੋਂ ਵੱਧ ਸਹਿਯੋਗ ਦਿਓ,
ਤਾਂ ਕਿ ਅਸੀਂ ਮਾਣ ਕਰ ਸਕੀਏ ਟੀਚਾ ਉਹ ਪੂਰਾ ਕਰ ਸਕੀਏ ਅਸੀਂ ਅਸੀਂ ਮਾਣ ਕਰ ਸਕੀਏ ਕਿ ਸਾਡੇ ਵੱਡਿਆਂ ਨੇ ਮਿਸ਼ਨ ਚਲਾਇਆ ਤੇ ਉਹ ਟੀਚਾ ਪੂਰਾ ਹੋ ਜਾਏ। ਮੈਂ ਇੱਕ ਬੇਨਤੀ ਕਰਾਂਗਾ ਟੀਚਾ ਪੂਰਾ ਗੁਰੂ ਕਲਗੀਧਰ ਜੀ ਨੇ ਕਰਨਾ, ਉਹਨਾਂ ਦਾ ਓਟ ਆਸਰਾ ਲੈ ਕੇ ਜਬ ਲੱਗ ਖਾਲਸਾ ਰਹੇ ਨਿਆਰਾ ਤਬ ਲੱਗ ਤੇਜ ਦਿਓ ਮੈਂ ਸਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।